ਮੌਕਾ ਦੋਗਾ ਦੇ ਇੱਕ ਹੋਕੇ ਦੇ ਨਾਲ ਪੰਜਾਬ ਜਾ ਕੇ ਘਰ ਚੜਿਆ ਜੀ। ਇਹ ਕਾਰਪੋਰੇਟਰ ਕਮਿਸ਼ਨਰ ਵੱਲੋਂ ਧੱਕਾ ਕੀਤਾ ਗਿਆ ਸਾਡੇ ਨਾਲ ਜੀ, ਕਾਰਪੋਰੇਟਰ ਨੇ ਧੱਕਾ ਕੀਤਾ ਸਾਡੇ ਨਾਲ, ਸਾਡੇ ਘਰ ਰੋਜ਼ਗਾਰ ਖੋਇਆ ਗਿਆ। ਸਰਦਾਰ ਭਗਵੰਤ ਸਿੰਘ ਮਾਨ ਨੂੰ ਮੈਂ ਕਹਿਣਾ ਚਾਹੁੰਦਾ, ਤੂੰ ਲੋਕਾਂ ਨੂੰ ਰੋਜ਼ਗਾਰ ਦੇ ਦਿਆ। ਮੈਂ ਵੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਰਿਹਾ ਵਾ, ਆਹ ਸਾਨੂੰ ਰੋਜ਼ਗਾਰ ਬੇਰੋਜ਼ਗਾਰ ਕਰਤਾ। ਕਮਿਸ਼ਨਰ ਸੰਦੀਪ ਜੀ ਨੇ, ਸੰਦੀਪ ਜੀ ਨੇ ਕਮਿਸ਼ਨਰ ਨੇ ਸਾਨੂੰ ਬੇਰੁਜ਼ਗਾਰ ਕਰਤਾ ਸਾਰਿਆਂ ਨੂੰ। ਸਾਡੇ ਘਰ ਵੀ ਲਾਉਣ ਤੇ, ਸਾਡੀਆਂ ਗੱਡੀਆਂ ਵੀ ਲਾਉਣ ਤੇ, ਜਦੋਂ ਅਸੀਂ ਕਿਹੜੇ ਖੂਹ ਵਿੱਚ ਪਈਏ, ਅਸੀਂ ਆਤਮ ਹੱਤਿਆ ਕਰਾਂਗੇ। ਆਤਮ ਹੱਤਿਆ ਮੈਂ ਸੰਦੀਪ ਰਿਸ਼ੀ, ਬਾਬਾ ਕਾਰਪੋਰੇਸ਼ਨ ਇੰਸਪੈਕਟਰ ਧਰਮਿੰਦਰ, ਇਹ ਸਾਡੀ ਮੌਤ ਦਾ ਜ਼ਿੰਮੇਵਾਰ ਹੋਊਗਾ। ਕਾਰਪੋਰੇਸ਼ਨ ਕਮਿਸ਼ਨਰ, ਕਾਰਪੋਰੇਸ਼ਨ ਕਮਿਸ਼ਨਰ, ਕਾਰਪੋਰੇਸ਼ਨ ਕਮਿਸ਼ਨਰ, ਸਾਡੀ ਮਦਦ ਕਰੋ ਸਾਹਿਬ, ਆਪ ਸਾਨੂੰ ਧੱਕਾ ਕਰਦਾ ਨੇ। ਮੈਂ ਮੀਡੀਆ ਨੂੰ ਕਹਿੰਦਾ ਸਾਡਾ ਸਾਥ ਦਿਓ, ਪੁਲਿਸ ਪ੍ਰਸ਼ਾਸਨ ਨੂੰ ਸਾਥ ਦਿਓ, ਇਹ ਕਮਿਸ਼ਨਰ ਕਾਰਪੋਰੇਸ਼ਨ ਇਹ ਸਿਰਫ ਮਤਲਬ 15 ਕੋਕੇ ਜਿੰਨਾ ਕੁ ਸਾਨੂੰ ਕਾਰਪੋਰੇਸ਼ਨ ਮਤਲਬ 17 ਕੋਕੇ ਪਰਚੀਆਂ ਹੈਗੀਆਂ ਇਹਨਾਂ ਦੀਆਂ। ਦੇਖੋ ਅਸੀਂ ਮਤਲਬ ਘਰ ਸਾਡੇ ਲਾਉਣ ਤੇ, ਗੱਡੀਆਂ ਸਾਡੀਆਂ ਲਾਉਣ ਤੇ, ਇੱਥੇ ਸਾਨੂੰ ਸਟਿੱਕਰ ਪੋਸਟਰ ਲਾ ਕੇ ਗਏ ਵੀ ਲਿਜਾਇਆ ਜਾ, ਪਰ ਸਾਨੂੰ ਕਹਿੰਦੇ ਪੈਸਾ ਕਰਾ ਦੇ। ਦੇਖੋ ਸਰ, 2000 UND ਨੰਬਰ ਸਾਨੂੰ ਦਿੱਤਾ ਜੀ, ਸਾਨੂੰ ਗੋਕੇ ਮਤਲਬ ਕਿ ਸਾਨੂੰ ਅਗਲੇ ਕਿਰਾਇਆ ਦੇ ਕੇ ਗਾੜੀ ਹਾਂ ਸਾਨੂੰ ਕੋਲ ਲੈ ਲੈਂਦੇ ਜੀ। ਅੱਜ UND ਨੰਬਰ ਦਿੱਤਾ ਜੀ, ਅੱਜ UND ਨੰਬਰ ਸਾਡੇ ਕੋਲ। ਮੇਰਾ ਨਾਮ ਪ੍ਰੀਤ ਸਿੰਘ ਹੈ ਜੀ। ਇਹ ਵੀ ਜੀ ਸਾਡੇ ਘਰ ਵੇਖੋ ਬੇਰੁਜ਼ਗਾਰ ਸਾਨੂੰ ਕੀਤਾ ਗਿਆ। ਇਹ ਸਾਨੂੰ ਕੁਝ ਕੁ ਦਿਨਾਂ ਤੋਂ ਕਾਰਪੋਰੇਸ਼ਨ ਕਮਿਸ਼ਨਰ ਆਪਣੇ ਕਰਿੰਦਿਆਂ ਰਾਹੀਂ ਸਾਨੂੰ ਧਮਕੀਆਂ ਦੇ ਰਿਹਾ ਸੀ ਕਿ ਤੁਹਾਡੇ ਖੋਖੇ ਢਾਹ ਦੇਣੇ, ਤੁਹਾਡੇ ਖੋਖੇ ਢਾਹ ਦੇਣੇ। ਮੈਨੂੰ ਬਹੁਤ ਵਾਰ ਕਿਹਾ ਕਿ ਸਾਡੇ ਖੋਖੇ ਨਾ ਢਾਏ ਜਾਣ। ਸਾਨੂੰ 2017 ਦੇ ਵਿੱਚ ਸਾਨੂੰ UND ਨੰਬਰ ਅਤੇ ਸਾਨੂੰ ਸਰ ਵੀ ਜੀ ਆਹ ਸਾਰਾ ਕੁਛ ਦਿੱਤਾ ਗਿਆ ਮਟੀਰੀਅਲ ਸਾਨੂੰ ਖੋਖਿਆਂ ਦਾ। ਉਸ ਤੋਂ ਬਾਅਦ ਅਸੀਂ ਇਹਨੂੰ ਕਿਹਾ ਕਿ 2016 ਤੋਂ ਲੈ ਕੇ 2020 ਤੱਕ ਸਾਡੇ ਕੋਲ ਕਿਰਾਏ ਲਿੱਤੇ ਜਾਣ ਅਤੇ ਸਾਨੂੰ ਇਹ ਖੋਖੇ ਬਹਾਲ ਕੀਤੇ ਜਾਣ। ਪਹਿਲਾਂ ਵੀ ਉਹਨਾਂ ਨੇ 120 ਖੋਖੇ 2017 ਦੇ ਵਿੱਚ ਲੋਕਾਂ ਕੋਲੋਂ 50,000 ਰੁਪਇਆ ਲੈ ਕੇ ਲੋਕਾਂ ਨੂੰ ਬਹਾਲ ਕੀਤੇ ਗੁੰਡਾਗਰਦੀ। ਇਹ ਮਤਲਬ ਵਿਜੀਲੈਂਸ ਵਿਭਾਗ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ 60 ਤੋਂ 70 ਲੱਖ ਰੁਪਏ ਦੀ ਇੱਥੇ ਮਤਲਬ ਘੁਟਾਲਾ ਹੋਇਆ ਵਾ, ਇਹ ਕਿੰਨੇ ਖਾਧੇ ਉਹ ਜਾਂਚ ਕੀਤੀ ਜਾਵੇ। ਬੜੀ ਵਾਰੀ ਮਿਲਣਾ ਚਾਹੇ ਜੀ, ਬੜੀ ਵਾਰੀ ਕਾਰਪੋਰੇਸ਼ਨ ਭੰਗ ਹੋਣ ਦੇ ਨਾਤੇ ਮੇਅਰ ਸਾਹਿਬ ਕੋਈ ਹੈ ਨਹੀਂ ਸੀ ਸਾਡੇ ਆਮ ਆਦਮੀ ਪਾਰਟੀ ਦੇ, ਇਸ ਕਰਕੇ ਆ ਸਰਕਾਰ ਕਾਰਪੋਰੇਸ਼ਨ ਬਣ ਕੇ ਫਿਰ ਸਾਡਾ ਮੇਅਰ ਬਣ ਜਾ ਰਿਹਾ ਵਾ। ਉਸ ਤੋਂ ਬਾਅਦ ਅਸੀਂ ਆਪਣੀ ਮਤਲਬ ਕਿ ਜਿਹੜੇ ਬੇਰੁਜ਼ਗਾਰ ਮੇਰੇ ਭਰਾ ਵਾ ਸਾਰਿਆਂ ਨੂੰ ਆਪਾਂ ਇਹ ਖੋਖੇ ਬਹਾਲ ਕੀਤੇ ਜਾਣਗੇ। ਇਹ ਗੁੰਡਾ ਇਹ ਵੀ ਜੀ 17 ਖੋਖੇ ਸਾਡੇ ਟੋਟਲ ਟੋਰੇ ਗਏ। ਸਾਡੇ ਕੋਲ 50,000 ਰੁਪਇਆ ਮੰਗਦੇ ਸੀ, ਸਾਡੇ ਕੋਲ 50,000 ਰੁਪਇਆ ਹੈ ਨਹੀਂ ਸੀ, ਇਹ ਕਰਕੇ ਸਾਡੇ ਖੋਖੇ ਸੰਦੀਪ ਰਿਸ਼ੀ ਕਮਿਸ਼ਨਰ ਦੇ ਕਹਿਣ 'ਤੇ ਬਾਬਾ ਧਰਮਿੰਦਰ ਉਹਨੇ ਤੋੜੇ ਜੀ ਸਵੇਰੇ। ਇਹ ਵੀ ਜੀ ਸਾਡੇ 'ਤੇ ਕਾਰਵਾਈ ਇਸ ਕਰਕੇ ਕੀਤੀ ਗਈ ਕਿ ਕਿਉਂਕਿ ਸਾਡੇ ਕੋਲ 50,000 ਹੈ ਨਹੀਂ, ਸਾਡੇ ਘਰ ਲਾਉਣ 'ਤੇ, ਸਾਡੀਆਂ ਗੱਡੀਆਂ ਲਾਉਣ 'ਤੇ, ਸਾਡੇ ਮੋਟਰਸਾਈਕਲ ਲਾਉਣ 'ਤੇ ਅਤੇ ਸਾਡੇ ਬੱਚੇ ਪੜ੍ਹਾਉਣੇ, ਸਾਰਾ ਕੁਛ ਕਰਨਾ ਸਹੀ। 50 ਇੱਕ ਖੋਖੇ ਤੋਂ ਜੁੜਿਆ ਸੀ, ਸਾਨੂੰ ਬੇਰੁਜ਼ਗਾਰ ਕੀਤਾ ਗਿਆ ਜੀ। ਸਰ ਅਸੀਂ ਮੰਗ ਕਰਦੇ ਹਾਂ ਜੀ ਕਿ ਜਲਦ ਤੋਂ ਜਲਦ ਇਹਨੂੰ ਸਸਪੈਂਡ ਕੀਤਾ ਜਾਵੇ, ਕਮਿਸ਼ਨਰ ਸੰਦੀਪ ਰਿਸ਼ੀ ਨੂੰ ਅਤੇ ਸਾਡੇ ਆਉਣ ਵਾਲੇ ਅਫਸਰ ਕੋਈ ਸਾਨੂੰ ਖੋਖੇ ਬਹਾਲ ਕੀਤੇ ਜਾਣ ਜੀ। ਭਗਵੰਤ ਮਾਨ ਜੀ ਆਖ ਰਹੇ ਕਿ ਅਸੀਂ ਬੇਰੁਜ਼ਗਾਰ ਦੇਵਾਂਗੇ, ਪਰ ਇੱਥੇ ਦੇ ਲੋਕਾਂ ਦੇ ਘਰ ਵੀ ਜੀ ਅਸੀਂ ਆਮ ਆਦਮੀ ਪਾਰਟੀ ਦੇ ਖੁਦ ਵਲੰਟੀਅਰ ਹਾਂ, 2017 ਤੋਂ ਵਰਕਰੀ ਕਰਦੇ ਆਉਂਦੇ ਹਾਂ, ਪਰ ਸਾਡੇ ਨਾਲ ਹੀ ਧੱਕਾ ਆ। ਸਾਡੇ ਨੌਰਥ ਹਲਕੇ ਦੇ ਸਾਰੀ ਕੌਂਸਟੀਚੁਐਂਸੀ ਦੇ ਆ, ਸਾਰੇ ਵੋਟਾਂ ਵਾਲੇ ਆ ਜੀ। ਇਹ MLA ਸਰ ਉਹਨਾਂ ਨੂੰ ਚਾਹੀਦਾ ਇੱਥੋਂ ਤੱਕ ਪਹੁੰਚ ਕਰਨੀ। ਸਵੇਰੇ ਅਸ਼ੋਕ ਤਲਵਾਰ ਜੀ ਦੇ ਬੇਟੇ ਦਾ ਫੋਨ ਆਇਆ ਸੀ, ਉਸ ਤੋਂ ਬਾਅਦ ਕੋਈ ਫੋਨ ਨਹੀਂ ਆਇਆ। ਪਰੂਮਾ ਟਰੱਸਟ ਦੇ ਚੇਅਰਮੈਨ ਆ, ਉਹ ਕਹਿੰਦੇ ਉਹ ਚੰਡੀਗੜ੍ਹ ਜਾ ਰਹੇ ਨੇ, ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਅਜੇ ਤੱਕ ਜੀ।
खोखे तोड़ दिते हुण पता नहीं वो तो उन्होंने ज्यादा पता भी लीगल है कि इनलीगल आ ये बेचारे इसे ते ही हैगे ने डिपेंड इस करके इन्होंने अज उन्होंने खोखे तोड़े तो इन्होंने अज धरना मारिया वो इन्हों हूँ आश्वासन दिता भी उन्होंने गल करते हैं गल करने तो बाद जो कोई हल निकलेगा तो वो इन्ह का करवाया जाएगा इन्ह के कहने मुताबिक 17 है 17 खोखे आ बाकी जो उन्होंने गल करते हैं जिन्हों का सलूशन कढ़ते हैं कोशिश साड़ी है भी इन्हों का कोई मसला हल हो जाए शायद इन्हों पता होगा जी वो बारे मैं कोई जानकारी नहीं है वो इन्हों पता होगा भी नोट्स मिले कि अगे उन्होंने बुलाने हूँ बुला के इन्हों की मीटिंग कराने जो कोई हल हों तो करा देने इन्हों का।